ਡਿਜੀਟਲ ਅਰੈਸਟ ਭਾਵ ਔਨਲਾਈਨ ਗ੍ਰਿਫਤਾਰੀ, ਅੱਜ ਕੱਲ੍ਹ ਇਸ ਤਰ੍ਹਾਂ ਦੀ ਠੱਗੀ ਵੱਧਦੀ ਜਾ ਰਹੀ ਹੈ। ਟੈਕਨੋਲੋਜੀ ਪੱਖੋਂ ਮਾਡਰਨ ਹੁੰਦੇ ਜਾ ਰਹੇ ਜ਼ਮਾਨੇ ਦੇ ਠੱਗ ਵੀ ਹੁਣ ਆਮ ਲੋਕਾਂ ਨਾਲੋਂ ਵੱਧ ਅਪਡੇਟਡ ਨੇ, ਜੋ ਲੋਕਾਂ ਨੂੰ ਡਿਜੀਟਲ ਤਰੀਕੇ ਨਾਲ ਨਾ ਸਿਰਫ ਆਪਣਾ ਸ਼ਿਕਾਰ ਬਣਾ ਰਹੇ ਨੇ, ਸਗੋਂ ਉਹਨਾਂ ਦੇ ਮੋਬਾਈਲ 'ਤੇ ਇੱਕ ਮਿਸ ਕਾਲ ਜਾਂ ਫੋਨ ਜਾਂ ਵੀਡੀਓ ਕਾਲ ਦੇ ਰਾਹੀਂ ਖਾਤਾ ਖਾਲੀ ਕਰਦੇ ਨੇ। ਤੁਹਾਡਾ ਵੀ ਖਾਤਾ ਇਸ ਤਰੀਕੇ ਖਾਲੀ ਹੋ ਸਕਦਾ ਹੈ। ਇਹਨਾਂ ਠੱਗਾਂ ਦੇ ਕੰਮ ਕਰਨ ਦਾ ਤਰੀਕਾ ਬੇਹੱਦ ਅਨੋਖਾ ਹੈ। ਇਹ ਲੋਕਾਂ ਨੂੰ ਇਸ ਤਰ੍ਹਾਂ ਨਾਲ ਡਰਾਵੇ ਦਿੰਦੇ ਨੇ ਕਿ ਹੁਣ ਤੱਕ ਇਹਨਾਂ ਦਾ ਸ਼ਿਕਾਰ ਹੋਏ ਕਈ ਵੱਡੇ ਅਫਸਰ ਤੱਕ ਦੇ ਬੈਂਕ ਖਾਤੇ ਖਾਲੀ ਹੋ ਚੁੱਕੇ ਨੇ। ਅੱਜ ਇਸ ਖਬਰ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਡਿਜੀਟਲ ਅਰੈਸਟ ਕੀ ਹੁੰਦੀ ਹੈ ਅਤੇ ਕਿਵੇਂ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਉਹਨਾਂ ਦੇ ਬੈਂਕ ਖਾਤੇ ਖਾਲੀ ਕਰ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਉਮਰ ਭਰ ਲਈ ਬਲੈਕਮੇਲ ਕਰਦੇ ਰਹਿੰਦੇ ਨੇ। ਅਸੀਂ ਤੁਹਾਨੂੰ ਅਜਿਹੀ ਠੱਗੀ ਤੋਂ ਬਚਣ ਦਾ ਤਰੀਕਾ ਵੀ ਦੱਸਣ ਜਾ ਰਹੇ ਹਾਂ, ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਡਿਜੀਟਲ ਅਰੈਸਟ ਹੁੰਦੀ ਕਿਵੇਂ ਹੈ। ਕੀ ਹੁੰਦੀ ਹੈ ਡਿਜੀਟਲ ਅਰੈਸਟ? ਡਿਜੀਟਲ ਅਰੈਸਟ ਵਿੱਚ ਇੱਕ ਵਿਅਕਤੀ ਨੂੰ ਔਨਲਾਈਨ ਮਾਧਿਅਮ ਦੇ ਰਾਹੀਂ ਡਰਾਇਆ ਜਾਂਦਾ ਹੈ ਕਿ ਉਹ ਸਰਕਾਰੀ ਏਜੰਸੀ ਵੱਲੋਂ ਗ੍ਰਿਫਤਾਰ ਹੋ ਗਿਆ, ਉਸ ਨੂੰ ਜੁਰਮਾਨਾ ਜਾਂ ਹਰਜਾਨਾ ਦੇਣਾ ਪਵੇਗਾ। ਡਿਜੀਟਲ ਅਰੈਸਟ ਇੱਕ ਅਜਿਹਾ ਸ਼ਬਦ ਹੈ ਜੋ ਕਾਨੂੰਨ ਵਿੱਚ ਮੌਜੂਦ ਹੀ ਨਹੀਂ ਹੈ, ਪਰ ਅਪਰਾਧੀਆਂ ਵੱਲੋਂ ਕੀਤੇ ਜਾ ਰਹੇ ਅਜਿਹੇ ਅਪਰਾਧਾਂ ਕਾਰਨ ਇਹ ਪੈਦਾ ਹੋ ਗਿਆ। ਪਿਛਲੇ 3 ਮਹੀਨਿਆਂ ਵਿੱਚ ਦਿੱਲੀ NCR ਵਿੱਚ ਅਜਿਹੇ 600 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹਨਾਂ ਮਾਮਲਿਆਂ 'ਚ ਹੁਣ ਤੱਕਰ 400 ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਈ ਅਨਰਿਪੋਰਟਡ ਕੇਸ ਹਨ, ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਧੋਖਾਧੜੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਫਲ ਨਹੀਂ ਹੁੰਦੇ। ਡਿਜੀਟਲ ਗ੍ਰਿਫਤਾਰੀ ਦੇ ਸੰਗਠਿਤ ਗਰੋਹ ਦਾ ਅਜੇ ਤੱਕ ਪਰਦਾਫਾਸ਼ ਨਹੀਂ ਹੋਇਆ ਹੈ, ਜਿਸ ਕਾਰਨ ਡਿਜੀਟਲ ਗ੍ਰਿਫਤਾਰੀ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ। ਕਿਹੋ ਜਿਹੀ ਹੁੰਦੀ ਹੈ ਡਿਜੀਟਲ ਅਰੈਸਟ? ਗ੍ਰਿਫਤਾਰੀ ਦਾ ਡਰ ਦਿਖਾ ਕੇ ਉਹ ਤੁਹਾਨੂੰ ਘਰ ਵਿੱਚ ਕੈਦ ਕਰ ਲੈਂਦੇ ਨੇ। ਵੀਡੀਓ ਕਾਲ ਕਰਕੇ ਉਹ ਆਪਣਾ ਪਿਛੋਕੜ ਪੁਲਿਸ ਸਟੇਸ਼ਨ ਜਾਂ ਕਿਸੇ ਜਾਂਚ ਏਜੰਸੀ ਦੇ ਦਫ਼ਤਰ ਵਰਗਾ ਦਿਖਾਉਂਦੇ ਨੇ। ਤੁਹਾਡੇ ਫੋਨ ਵਿੱਚ ਕੁਝ ਐਪਸ ਡਾਊਨਲੋਡ ਕਰਵਾਈਆਂ ਜਾਂਦੀਆਂ ਨੇ। ਡਾਊਨਲੋਡ ਕਰਵਾਈਆਂ ਗਈਆਂ ਐਪਸ ਦੇ ਰਾਹੀਂ ਤੁਹਾਡੇ ਉੱਤੇ ਔਨਲਾਈਨ ਨਿਗਰਾਨੀ ਰੱਖੀ ਜਾਂਦੀ ਹੈ, ਬੈਂਕ ਖਾਤੇ ਜ਼ਬਤ ਕਰਨ ਦੀ ਗੱਲ ਆਖ ਦਿੱਤੀ ਜਾਂਦੀ ਹੈ ਅਤੇ ਗ੍ਰਿਫਤਾਰੀ ਦੀ ਧਮਕੀ ਦਿੱਤੀ ਜਾਂਦੀ ਹੈ। ਐਪ ਨੂੰ ਡਾਊਨਲੋਡ ਕਰਕੇ ਫਰਜ਼ੀ ਡਿਜੀਟਲ ਫਾਰਮ ਭਰਵਾਏ ਜਾਂਦੇ ਨੇ, ਨਕਲੀ ਖਾਤੇ ਦਾ ਬਹਾਨਾ ਬਣਾ ਕੇ ਪੈਸੇ ਟ੍ਰਾਂਜੈਕਸ਼ਨ ਕਰਾਏ ਜਾਂਦੇ ਨੇ, ਇੱਥੋਂ ਤੀਕਰ ਕਿ ਤੁਹਾਨੂੰ ਸੰਮਨ ਤੱਕ ਭੇਜ ਦਿੱਤੇ ਜਾਂਦੇ ਨੇ। ਡਿਜੀਟਲ ਅਰੈਸਟ ਦੇ ਮਾਮਲੇ 'ਚ ਕਿਵੇਂ ਫਸ ਜਾਂਦੇ ਨੇ ਲੋਕ? ਸੁਪਰੀਮ ਕੋਰਟ ਦੇ ਇੱਕ ਸੀਨੀਅਰ ਵਕੀਲ ਦੇ ਮੁਤਾਬਕ ਇਸ ਵਿੱਚ ਠੱਗੀ ਮਾਰਨ ਦੇ 4-5 ਤਰੀਕੇ ਹੁੰਦੇ ਨੇ। ਉਦਾਹਰਣ ਦੇ ਤੌਰ 'ਤੇ ਇੱਕ ਕੋਰੀਅਰ ਦਾ ਨਾਮ ਲੈ ਕੇ ਗਲਤ ਸਮਾਨ ਆਇਆ, ਅਜਿਹੀ ਗੱਲ ਆਖ ਦਿੱਤੀ ਜਾਂਦੀ ਹੈ। ਕੋਰੀਅਰ ਵਿੱਚ ਨਸ਼ਾ, ਜਿਸ ਕਰਕੇ ਤੁਸੀਂ ਫਸ ਸਕਦੇ ਹੋ। ਤੁਹਾਡੇ ਬੈਂਕ ਖਾਤੇ 'ਚ ਅਜਿਹੇ ਟ੍ਰਾਂਜੈਕਸ਼ਨ ਹੋਏ ਨੇ ਜੋ ਵਿੱਤੀ ਧੋਖਾਧੜੀ ਨਾਲ ਸੰਬੰਧਿਤ ਨੇ, ਜਾਂ ਤੁਹਾਨੂੰ ਡਰਾਵਾ ਦਿੱਤਾ ਜਾਂਦਾ ਹੈ ਕਿ ਮਨੀ ਲਾਂਡਰਿੰਗ ਅਤੇ NDPS ਐਕਟ ਦੇ ਤਹਿਤ ਡਰਾਵਾ ਦੇ ਕੇ ਪੜ੍ਹੇ ਲਿਖੇ ਅਤੇ ਕਾਨੂੰਨ ਦੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ ਵੀ ਆਮ ਤੌਰ 'ਤੇ ਠੱਗ ਫਸਾ ਲੈਂਦੇ ਨੇ। ਅਜਿਹੇ ਲੋਕਾਂ ਨੂੰ ਡਰਾ ਕੇ ਉਹਨਾਂ ਤੋਂ ਡਿਜੀਟਲ ਮਾਧਿਅਮ ਦੇ ਰਾਹੀਂ ਫਰੌਤੀ ਮੰਗੀ ਜਾਂਦੀ ਹੈ। ਜੇਕਰ ਉਹਨਾਂ ਦੇ ਖਾਤਿਆਂ 'ਚ ਪੈਸੇ ਨਹੀਂ ਹਨ ਤਾਂ ਉਹਨਾਂ ਨੂੰ ਕਰਜ਼ਾ ਤੱਕ ਦਿੱਤਾ ਜਾਂਦਾ ਹੈ। ਕਈ ਵਾਰ ਉਹਨਾਂ ਕੋਲ ਲੋਨ ਲੈਣ ਵਾਲੀਆਂ ਐਪਸ ਨਹੀਂ ਹੁੰਦੀਆਂ ਅਤੇ ਇਸ ਲਈ ਉਹ ਐਪਸ ਵੀ ਉਹਨਾਂ ਦੇ ਫੋਨ ਦੇ ਵਿੱਚ ਡਾਊਨਲੋਡ ਕਰਵਾ ਦਿੱਤੀਆਂ ਜਾਂਦੀਆਂ ਨੇ। ਜ਼ਿਆਦਾਤਰ ਮਾਮਲੇ 'ਚ ਇਹ ਆ ਕੇ ਡਰਾਇਆ ਜਾਂਦਾ ਹੈ ਕਿ ਤੁਹਾਡੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਦੇ ਰਾਹੀਂ ਫਰੌਡ ਹੋਇਆ ਹੈ, ਕੋਈ ਪੇਮੈਂਟ ਹੋਈ ਹੈ ਜੋ ਹਵਾਲੇ ਲਈ ਵਰਤੀ ਗਈ ਹੈ ਜਾਂ ਕਿਸੇ ਗਲਤ ਕੰਮ ਲਈ। ਅਜਿਹੀ ਗੱਲ ਆ ਕੇ ਠੱਗ ਤੁਹਾਨੂੰ ਆਪਣੀਆਂ ਗੱਲਾਂ 'ਚ ਫਸਾ ਲੈਂਦੇ ਨੇ ਅਤੇ ਖੁਦ ਨੂੰ ਜਾਂਚ ਏਜੰਸੀਆਂ ਨਾਲ ਸੰਬੰਧਿਤ ਜਾਂ ਪੁਲਿਸ ਅਧਿਕਾਰੀ ਹੋਣ ਦਾ ਦਾਅਵਾ ਤੱਕ ਕਰ ਦਿੰਦੇ ਨੇ। ਡਿਜੀਟਲ ਅਰੈਸਟ ਤੋਂ ਬਚਾਅ ਕਰਨ ਦੇ ਕੀ ਨੇ ਤਰੀਕੇ? ਠੱਗ ਲੋਕਾਂ ਨਾਲ ਅੰਗਰੇਜ਼ੀ ਵਿੱਚ ਗੱਲਬਾਤ ਕਰਦੇ ਨੇ, ਵੀਡੀਓ ਕਾਲਿੰਗ ਦੌਰਾਨ ID ਕਾਰਡ ਦਿਖਾਉਂਦੇ ਨੇ, ਜਿਹੜੀ ਏਜੰਸੀ ਦੇ ਅਧਿਕਾਰੀ ਨੂੰ ਕਾਲ ਟ੍ਰਾਂਸਫਰ ਕਰਦੇ ਨੇ ਉਸਦਾ ਲੋਗੋ ਤੱਕ ਦਿਖਾਇਆ ਜਾਂਦਾ ਹੈ। ਕਥਿਤ ਸੁਣਵਾਈ ਵਿੱਚ ਦਿਖਾਇਆ ਗਿਆ ਸੈਟਅਪ ਵੀ ਕੋਰਟ ਰੂਮ ਵਰਗਾ ਹੁੰਦਾ ਹੈ, ਜਿਸ 'ਤੇ ਲੋਕ ਵਿਸ਼ਵਾਸ ਕਰ ਲੈਂਦੇ ਨੇ ਕਿ ਸੱਚਮੁੱਚ ਇਹ ਕੋਰਟ ਹੀ ਹੈ। ਸਾਈਬਰ ਜਾਂਚ ਨਾਲ ਜੁੜੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉੱਚ ਪੜ੍ਹੇ ਲਿਖੇ ਉੱਚ ਅਹੁਦੇ ਵਾਲੇ ਅਤੇ ਸੇਵਾ ਮੁਕਤ ਲੋਕ ਕਾਨੂੰਨ ਦਾ ਜ਼ਿਆਦਾ ਸਨਮਾਨ ਕਰਦੇ ਨੇ, ਉਸ ਲਈ ਇਹਨਾਂ ਸਾਈਬਰ ਅਪਰਾਧੀਆਂ ਨੂੰ ਅਸਲੀ ਅਫਸਰ ਮੰਨ ਬੈਠਦੇ ਨੇ ਅਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ। ਜਦਕਿ ਦੇਸ਼ ਵਿੱਚ ਇਸ ਤਰ੍ਹਾਂ ਦੇ ਜਾਂਚ ਅਤੇ ਫੋਨ ਉੱਤੇ ਪੈਸੇ ਟ੍ਰਾਂਸਫਰ ਕਰਨ ਦਾ ਕੋਈ ਪ੍ਰਬੰਧ ਹੀ ਨਹੀਂ ਹੈ।
ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਵੀ ਸਰਕਾਰੀ ਏਜੰਸੀ ਔਨਲਾਈਨ ਪੁੱਛਗਿੱਛ ਕਦੇ ਵੀ ਨਹੀਂ ਕਰ ਸਕਦੀ। ਸਰਕਾਰੀ ਏਜੰਸੀ ਸਿਰਫ ਸਰੀਰਕ ਤੌਰ 'ਤੇ ਪੁੱਛਗਿੱਛ ਕਰਦੀ ਹੈ। ਜੇਕਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਉਸਦੀ ਰਿਪੋਰਟ ਦੋ ਤਰੀਕਿਆਂ ਨਾਲ ਕਰ ਸਕਦਾ ਹੈ। ਸਾਈਬਰ ਫਰੋਡ ਹੈਲਪਲਾਈਨ ਨੰਬਰ ਜਾਂ ਈਮੇਲ ਦੇ ਰਾਹੀਂ ਸ਼ਿਕਾਇਤ ਦਰਜ ਕਰਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਸਥਾਨਕ ਪੁਲਿਸ ਨੂੰ ਵੀ ਸ਼ਿਕਾਇਤ ਦੇ ਸਕਦੇ ਹੋ। ਜੇਕਰ ਤੁਸੀਂ ਇੱਕ ਘੰਟੇ ਦੇ ਅੰਦਰ ਪੁਲਿਸ ਨੂੰ ਸੂਚਿਤ ਕਰਦੇ ਹੋ ਤਾਂ ਟ੍ਰਾਂਸਫਰ ਕੀਤੇ ਪੈਸੇ ਵਾਪਸ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ। ਬਚਾਅ ਦੇ ਸਭ ਤੋਂ ਜ਼ਿਆਦਾ ਖਾਸ ਤਰੀਕੇ, ਬਚਾਅ ਦੇ ਤਰੀਕਿਆਂ ਦੀ ਗੱਲ ਕਰਦੇ ਦੱਸ ਦਈਏ ਕਿ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰਾਂ ਤੋਂ ਆਉਣ ਵਾਲੀਆਂ ਵੀਡੀਓ ਕਾਲਾਂ ਉੱਤੇ ਧੋਖਾਧੜੀ ਦਾ ਸ਼ੱਕ ਹੁੰਦਾ ਤਾਂ ਨੰਬਰ ਨੂੰ ਬਲੌਕ ਕਰ ਦਿਓ। ਉਸ ਸਮੇਂ ਸਾਈਬਰ ਕ੍ਰਾਈਮ ਪ੍ਰੋਵਿਜ਼ਨਲ ਸੈੱਲ ਨੂੰ ਸੂਚਿਤ ਕਰੋ। ਆਪਣੇ ਫੋਨ, ਲੈਪਟਾਪ ਅਤੇ ਡੈਸਕਟਾਪ ਦਾ ਪਾਸਵਰਡ ਅਤੇ ਸੋਫਟਵੇਅਰ ਅਪਡੇਟਡ ਰੱਖੋ। ਇਹਨਾਂ ਨਹੀਂ, ਸਹਾਇਤਾ ਦੇ ਲਈ ਤੁਰੰਤ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ਯਾਨੀ ਕਿ 1930 ਜਾਂ www.cybercrime.gov.in ਤੇ ਜਾਣਕਾਰੀ ਦਿਓ। ਆਪਣੀ ਜਿੰਨੀ ਵੀ ਜਾਣਕਾਰੀ ਇਸ 'ਤੇ ਸਾਂਝੀ ਕਰ ਦਿਓ। ਡਿਜੀਟਲ ਅਰੈਸਟ ਦੀਆਂ ਤਾਜ਼ਾ ਘਟਨਾਵਾਂ, ਜੀ ਹਾਂ, ਤਾਜ਼ਾ ਘਟਨਾਵਾਂ 'ਚ ਮਾਰਚ ਤੋਂ ਦਿੱਲੀ, ਮੁੰਬਈ ਅਤੇ ਉੱਤਰ ਪ੍ਰਦੇਸ਼ ਤੋਂ ਡਿਜੀਟਲ ਹਾਊਸ ਗ੍ਰਿਫਤਾਰੀ ਦੇ 4 ਵੱਖ ਵੱਖ ਮਾਮਲੇ ਸਾਹਮਣੇ ਆਏ, ਜਿੱਥੇ ਸਾਈਬਰ ਅਪਰਾਧੀਆਂ ਨੇ ਸੇਵਾ ਮੁਕਤ ਕਰਮਚਾਰੀਆਂ ਸਣੇ ਵੱਖ ਵੱਖ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਇਸ ਦੇ ਨਾਲ ਹੀ ਵਾਰਾਣਸੀ ਦੀ ਸਾਈਬਰ ਕ੍ਰਾਈਮ ਪੁਲਿਸ ਨੇ ਅਪ੍ਰੈਲ ਦੇ ਪਹਿਲੇ ਹਿੱਸੇ ਦੌਰਾਨ ਅਜਿਹੀ ਡਿਜੀਟਲ ਹਾਊਸ ਗ੍ਰਿਫਤਾਰੀ ਦੀ ਧੋਖਾਧੜੀ 'ਚ ਸ਼ਾਮਲ 8 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਕੋਲੋਂ ਕਰੋੜਾਂ ਰੁਪਏ ਦੀ ਨਕਦੀ, ਮੋਬਾਈਲ ਫੋਨ, ਚੈੱਕਬੁੱਕ ਅਤੇ ਏ ਟੀ ਐੱਮ ਕਾਰਡ ਤੱਕ ਬਰਾਮਦ ਕੀਤੇ ਨੇ। ਹੁਣ ਤੱਕ ਠੱਗੇ ਜਾ ਚੁੱਕੇ ਨੇ 400 ਕਰੋੜ ਰੁਪਏ। ਇੱਕ ਅੰਦਾਜ਼ੇ ਦੇ ਮੁਤਾਬਕ ਪਿਛਲੇ 4 ਮਹੀਨਿਆਂ 'ਚ ਤਕਰੀਬਨ 400 ਕਰੋੜ ਰੁਪਏ ਠੱਗੇ ਜਾ ਚੁੱਕੇ ਨੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੀੜਤਾਂ ਵਿੱਚ ਡਾਕਟਰ, ਸੋਫਟਵੇਅਰ ਇੰਜੀਨੀਅਰ, ਫੌਜੀ ਅਫਸਰ ਅਤੇ IIT ਪ੍ਰੋਫੈਸਰ ਵਰਗੇ ਉੱਚ ਪੜ੍ਹੇ ਲਿਖੇ ਲੋਕ ਸ਼ਾਮਲ ਨੇ। ਅਜਿਹੇ ਮਾਮਲੇ UP, MP, ਰਾਜਸਥਾਨ, ਮਹਾਰਾਸ਼ਟਰ, ਹਰਿਆਣਾ ਸਣੇ ਦੇਸ਼ ਦੇ ਕਈ ਸੂਬਿਆਂ 'ਚ ਲਗਭਗ ਹਰ ਰੋਜ਼ ਸਾਹਮਣੇ ਆ ਰਹੇ ਨੇ। ਇਸ ਪਿੱਛੇ ਦੁਬਈ 'ਚ ਬੈਠਾ ਮਾਸਟਰਮਾਈਂਡ ਦੱਸਿਆ ਜਾਂਦਾ ਹੈ। ਇਹਨਾਂ ਸਾਰੇ ਮਾਮਲੇ 'ਚ ਸਰਕਾਰੀ ਖਾਤੇ ਦੱਸ ਕੇ ਜਿਨ੍ਹਾਂ ਖਾਤਿਆਂ 'ਚ ਪੈਸੇ ਟ੍ਰਾਂਸਫਰ ਹੋਏ ਸਨ ਉਹ ਆਮ ਲੋਕਾਂ ਦੇ ਬੈਂਕ ਖਾਤੇ ਨੇ ਅਤੇ ਵਿਦੇਸ਼ਾਂ 'ਚ ਬੈਠੇ ਸਾਈਬਰ ਅਪਰਾਧੀਆਂ ਦੇ ਕਬਜ਼ੇ 'ਚ ਖਾਤੇ ਨੇ। ਜਦੋਂ UP STF ਨੇ ਅਜਿਹੇ 6 ਲੋਕਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਔਨਲਾਈਨ ਗੇਮਿੰਗ ਜਾਂ ਟ੍ਰੇਡਿੰਗ ਦਾ ਕਮਿਸ਼ਨ ਉਹਨਾਂ ਦੇ ਖਾਤਿਆਂ ਵਿੱਚ ਆਵੇਗਾ, ਇਸ ਲਈ ਉਹਨਾਂ ਨੂੰ ਲੈਣ ਦੇਣ ਦੀ ਰਕਮ ਦਾ 10% ਮਿਲੇਗਾ। ਬਾਅਦ 'ਚ ਉਹਨਾਂ ਦੇ ਖਾਤਿਆਂ ਤੋਂ ਪੈਸੇ ਡਿਜੀਟਲ ਤਰੀਕੇ ਨਾਲ ਦੁਬਈ ਵਿੱਚ ਟ੍ਰਾਂਸਫਰ ਹੋ ਗਏ। ਦੁਬਈ 'ਚ ਬੈਠੇ ਸਾਈਬਰ ਅਪਰਾਧੀਆਂ ਨੇ ਇਸ ਪੈਸੇ ਨੂੰ ਕ੍ਰਿਪਟੋ ਕਰੰਸੀ ਵਿੱਚ ਨਿਵੇਸ਼ ਕਰ ਦਿੱਤਾ ਹੈ ਅਤੇ ਇਹ ਉਹ ਤਰੀਕਾ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਟ੍ਰੈਂਡ ਕਰ ਰਿਹਾ, ਜਾਂ ਕਹਿ ਸਕਦੇ ਹੋ ਉਹ ਤਰੀਕਾ ਜੋ ਸੋਸ਼ਲ ਮੀਡੀਆ 'ਤੇ ਤੁਹਾਡੇ 'ਤੇ ਨਜ਼ਰ ਰੱਖ ਕੇ ਤੁਹਾਨੂੰ ਔਨਲਾਈਨ ਅਰੈਸਟ ਕਰ ਰਿਹਾ, ਡਿਜੀਟਲੀ ਅਰੈਸਟ ਕਰਕੇ ਤੁਹਾਨੂੰ ਠੱਗ ਰਿਹਾ, ਤੁਸੀਂ ਵੀ ਸਾਵਧਾਨ ਹੋ ਜਾਓ। ਤੁਹਾਨੂੰ ਤਾਂ ਨਹੀਂ ਕਿਤੇ ਇਹ ਕਾਲ ਆ ਗਈ? ਜੇਕਰ ਨਹੀਂ ਆਈ ਤਾਂ ਸਾਵਧਾਨ ਰਹੋ। ਜੇਕਰ ਕਿਸੇ ਹੋਰ ਨੂੰ ਆਈ ਹੈ ਤਾਂ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਫਿਲਹਾਲ ਇਸ ਜਾਣਕਾਰੀ 'ਚ ਨਹੀਂ, ਇਸ ਦੇ ਨਾਲ ਮੈਨੂੰ ਦਿਓ ਇਜਾਜ਼ਤ। ਹੋਰ ਅਪਡੇਟਸ ਲਈ ਵੇਖਦੇ ਰਹੋ ਜਗਬਾਣੀ TV।